ਬੀਤੀ 26 ਸਤੰਬਰ ਨੂੰ ਮੋਗਾ ਦੇ ਚੈਂਬਰ ਰੋਡ ਤੇ ਸੂਦ ਕੋਰੀਅਰ ਦੀ ਦੁਕਾਨ ਤੇ ਇੱਕ ਪਾਰਸਲ ਵਿੱਚ ਹੋਏ ਬੰਬ ਧਮਾਕੇ ਦੇ ਮੁੱਖ ਦੋਸ਼ੀ ਨੂੰ ਮੋਗਾ ਪੁਲਿਸ ਨੇ ਫੜਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਬੀਤੀ 26 ਸਤੰਬਰ ਨੂੰ ਘਟਨਾ ਸਥਾਨ ਤੇ ਪੁੱਜੇ ਆਈਜੀ ਮੁਖਵਿੰਦਰ ਸਿੰਘ ਸ਼ੀਨਾ ਵੱਲੋਂ ਇਸ ਮਾਮਲੇ ਦੀ ਜਾਂਚ ਦੇ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਗਈ ਸੀ। ਇਸ ਟੀਮ ਵੱਲੋਂ ਚੈਂਬਰ ਰੋਡ ਤੇ ਲੱਗੇ ਕੈਮਰਿਆਂ ਦੀ ਫੁਟੇਜ ਦੇ ਆਧਾਰ ਤੇ ਜਾਂਚ ਕਰਕੇ ਮੋਗਾ ਬੰਬ ਕਾਂਡ ਦੇ ਮੁੱਖ ਦੋਸ਼ੀ ਨੂੰ ਮੋਗਾ ਪੁਲਿਸ ਨੇ ਉੜੀਸਾ ਤੋਂ ਕਾਬੂ ਕਰ ਲਿਆ ਹੈ। ਦੋਸ਼ੀ ਨੂੰ ਮੋਗਾ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਪੁਲਿਸ ਨੇ ਰਾਜਵੀਰ ਉਰਫ ਰਾਜ ਤੇ ਦੋ ਹੋਰਾਂ ਨੂੰ ਪੁੱਛਗਿੱਛ ਲਈ 5 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ।